ਸ਼ੰਭੂ ਬੈਰੀਅਰ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਮਾਹੌਲ ਕਿੰਨਾ ਜ਼ਿਆਦਾ ਖਰਾਬ ਹੁੰਦਾ ਵਿਖਾਈ ਦੇ ਰਿਹਾ। ਨੌਜਵਾਨ ਤੁਸੀਂ ਵੇਖ ਰਹੇ ਹੋ, ਨੌਜਵਾਨਾਂ ਦੇ ਵਿੱਚ ਕਿੰਨਾ ਜ਼ਿਆਦਾ ਜੋਸ਼ ਵਿਖਾਈ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਹਰਿਆਣਾ ਪ੍ਰਸ਼ਾਸਨ ਵੀ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੀ ਹੈ। ਹਰ ਇੱਕ ਅੱਧੇ ਘੰਟੇ ਬਾਅਦ ਲਗਾਤਾਰ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਹੁਣ ਕਿਸਾਨ ਆਗੂ ਵੀ ਅੱਗੇ ਵਧਣ ਦੀ ਪੂਰੀ ਤਿਆਰੀ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤਾਜ਼ਾ ਸ਼ੰਭੂ ਬੈਰੀਅਰ ਤੋਂ। ਅੱਥਰੂ ਗੈਸ ਦੇ ਗੋਲੇ ਹਰਿਆਣਾ ਪੁਲਿਸ ਦੇ ਵੱਲੋਂ ਸੁੱਟੇ ਜਾ ਰਹੇ ਨੇ ਤਾਂ ਉਹਨਾਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਵੱਲੋਂ ਮਾਸਕ ਪਾ ਕੇ ਕਿਸਾਨ ਆਗੂ ਅੱਗੇ ਵਧ ਰਹੇ ਨੇ। ਦਿੱਲੀ ਪੂੰਛ ਦੀ ਜਿਹੜੀ ਤਿਆਰੀ ਹੈ ਕੀਤੀ ਗਈ ਹੈ, ਸਰਬਜੀਤ ਸਿੰਘ ਭੰਡੀਰ ਅਤੇ ਬੱਲੇਵਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਲੇ ਉੱਤੇ ਡਟੇ ਹੋਏ ਨੇ। ਜੋ ਤਸਵੀਰਾਂ ਸਾਹਮਣੇ ਆਈਆਂ ਨੇ, ਇਸ ਵਾਰ ਪ੍ਰਬੰਧ ਜੋ ਨੇ ਕਿਸਾਨਾਂ ਦੇ ਵੱਲੋਂ ਪੂਰੇ ਕੀਤੇ ਗਏ ਨੇ, ਇੱਕ ਪਾਸੇ ਹਰਿਆਣਾ ਪ੍ਰਸ਼ਾਸਨ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ। ਤਸਵੀਰਾਂ 'ਚ ਕਿਸਾਨਾਂ ਨੇ ਮਾਸਕ ਪਾਏ ਹੋਏ ਨੇ ਤਾਂ ਜੋ ਅੱਥਰੂ ਗੈਸ ਦੇ ਗੋਲਿਆਂ ਦਾ ਅਸਰ ਘੱਟ ਸਕੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਜੋ ਨੇ, ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ 'ਤੇ ਇਸ ਟਾਈਮ ਬਣਿਆ ਹੋਇਆ।